सत्रकाल देख रहे हो फास्टवे अमृतसर खबरनामा। मैं देविका जैन ते हूं सब तो पहला एक नजर आज से बुलेटिन दिया मुख खबरों वाल। रावी दरिया विखे पानी दी स्थिति कंट्रोल हेठ, डरन दी नहीं चौकस रहन दी लोड़, आख्या एनआरआई मामलिया दे मंत्री कुलदीप सिंह तालीवाल ने। कुलचे दे दुकान चलान वाले नु सुपारी दे के मारन वाले दो दोषी पुलिस ने कीते काबू। हाड़ प्रभावित खेतरां विच लोकां नु मुहैया करवाईया जा रही ने सारिया सेहत सहूलतां, आख्या सिविल सर्जन डॉक्टर विजय कुमार ने। प्रशासनिक अधिकारियों नाल सरहदी पिंड तोणेवाल का दौरा किया अते स्थिति का जायजा लिया। उन्होंने आख्या कि स्थिति ते काबू पाने लई सारे प्रबंध पूरे किए गए। रावी विच पानी का पद्धर वध जाण कारण जिला प्रशासन सरकार वालों हिदायतां जारी कीतियां गईयां हन। मंत्री कुलदीप सिंह तालीवाल ने आख्या कि सारे प्रबंध मुकम्मल कीते गए हन। इस वेले असीं अमृतसर ते गुरदासपुर दी सांझी सरहद ते कोनियाल पुल दे उत्ते खड़े रावी दरिया दे उपर, मेरे नाल डीसी अमृतसर, डीसी गुरदासपुर, एसएसपी बटाला, एसपी साहब, एसडीएम साडे, तहसीलदार, बीडीओ, साडे सारे महकमे जिहड़े, क्योंकि 1:30-2 बजे सानूं पता लग गया कि पानी जिहड़ा ਉਹ ਚੜ੍ਹਨਾ ਸ਼ੁਰੂ ਹੋ ਗਿਆ। ਪਿੱਛੇ ਪਾਣੀ ਛੱਡਤਾ ਉਹ ਜੇ ਦਰਿਆ ਦੇ ਵਿੱਚੋਂ ਪਾਣੀ ਜਿਹੜਾ ਅੱਜ ਕਾਫੀ ਆ ਗਿਆ ਰਾਵੀ ਦਰਿਆ ਦੇ ਵਿੱਚ ਤੇ ਪਾਣੀ ਇੱਥੇ ਹੁਣ ਪਹੁੰਚਣ ਵਾਲਾ। ਉਹਦੇ ਕਰਕੇ ਅਸੀਂ ਐਡਵਾਂਸ ਆਪਣੇ ਪ੍ਰਬੰਧ ਪਹਿਲਾਂ ਹੀ ਕੀਤੇ ਆ ਸਰਕਾਰ ਦੇ ਸਾਰੇ। ਅਸੀਂ ਸਾਰੇ ਲੋਕ ਉਸੇ ਵੇਲੇ ਆ ਗਏ ਕਿਉਂਕਿ ਪਿਛਲੇ ਹਫ਼ਤੇ ਇੱਥੇ ਬਹੁਤ ਪਾਣੀ ਆਇਆ ਸੀਗਾ, ਉਦੋਂ ਵੀ ਸਾਡੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਤੇ ਹੁਣ ਅਸੀਂ ਉਹਦੇ ਅਗਾਊਂ ਪ੍ਰਬੰਧਾਂ ਕਰਕੇ ਸਾਰੇ ਜਾਣੇ ਇੱਥੇ ਮੌਜੂਦ ਹਾਂ ਔਰ ਸਾਨੂੰ ਆਸ ਹੈ ਕਿ ਪਰਮਾਤਮਾ ਕਿਰਪਾ ਕਰੂਗਾ 9 ਵਜੇ ਤੱਕ ਸਾਡੇ ਤੇ ਕਾਫੀ ਪ੍ਰੈਸ਼ਰ ਆ ਕਿ ਪਾਣੀ ਆ ਸਕਦਾ, ਵੱਡੇ ਗਿਣਤੀ ਆਉਣਾ ਸ਼ੁਰੂ ਹੋ ਗਿਆ। ਉਹਦੇ ਤੋਂ ਬਾਅਦ ਫਿਰ 12 ਵਜੇ ਤੱਕ ਜਿਹੜਾ ਪਾਣੀ ਸ਼ਾਇਦ ਲੱਥ ਜਾਵੇ ਜੋ ਸਾਡੇ ਕੋਲ ਰਿਪੋਰਟਾਂ ਨੇ। ਥਾਣਾ ਸਦਰ ਦੀ ਪੁਲਿਸ ਨੇ ਕੁਲਛੇ ਦੀ ਦੁਕਾਨ ਚਲਾਉਣ ਵਾਲੇ ਨੂੰ ਸੁਪਾਰੀ ਦੇ ਕੇ ਮਾਰਨ ਵਾਲੇ ਸਾਜ਼ਿਸ਼ਕਰਤਾ ਨੂੰ ਕਾਬੂ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਵਰਿੰਦਰ ਸਿੰਘ ਅਤੇ ਜਗਮੋਹਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਇਹਨਾਂ ਦੇ ਬਾਕੀ 3 ਸਾਥੀਆਂ ਨੂੰ ਕਾਬੂ ਕਰਨਾ ਹਾਲੇ ਬਾਕੀ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੀਪੀਐਸ ਅੰਡਰ ਟ੍ਰੇਨੀ ਅਰਮਨਦੀਪ ਸਿੰਘ, ਐਸਆਈ ਸੁਸ਼ੀਲ ਕੁਮਾਰ ਵੀ ਪੱਤਰਕਾਰ ਵਾਰਤਾ ਵਿੱਚ ਮੌਜੂਦ ਸਨ। ਸਾਨੂੰ ਇਸੇ ਮਹੀਨੇ ਦੀ 3 ਜੁਲਾਈ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਰਿਸ਼ੀ ਸੇਠ ਜੋ ਕਿ ਬਟਾਲਾ ਰੋਡ ਦਾ ਰਹਿਣ ਵਾਲਾ ਵਾ, ਉਹ ਐਸਪੀ ਨਿਊਟਰੀ ਕੁਲਚਾ ਨਾਮ ਤੋਂ ਇੱਕ ਸ਼ਾਪ ਵੀ ਕਰਦਾ ਵਾ। ਸੋ ਉਸਦੀ ਸ਼ਾਪ 'ਤੇ ਕੋਈ 3 ਅਣਪਛਾਤੇ ਨੌਜਵਾਨ ਆਏ ਅਤੇ 2 ਨੌਜਵਾਨਾਂ ਵਿੱਚੋਂ ਬੜੇ ਅੰਨੇ ਵਾਹ ਉਹਨਾਂ 'ਤੇ ਫਾਇਰਿੰਗ ਕੀਤੀ ਗਈ ਹੈ, ਜਿਸ ਤੋਂ ਬਾਅਦ ਉਹਨਾਂ ਦੇ 1 ਗੋਲੀ ਮੋਢੇ 'ਤੇ ਲੱਗੀ ਸੀ, 1 ਲਾਤੇ ਵੱਜੀ ਸੀ। ਸੋ ਅਸੀਂ ਤੁਰੰਤ ਪੁਲਿਸ ਨੇ ਕਾਰਵਾਈ ਕਰਦੇ ਹੋਏ 3 ਅਣਪਛਾਤੇ ਨੌਜਵਾਨਾਂ ਦੇ ਖਿਲਾਫ ਅਧੀਨ ਧਾਰਾ 307, 109, 120, 34 IPC ਅਤੇ 25-27 ਆਮ ਜਗ ਦੇ ਤਹਿਤ ਇੱਕ ਮੁਕਦਮਾ ਰਜਿਸਟਰ ਕੀਤਾ ਸੀ। ਇਸ ਮੁਕਦਮੇ ਦੀ ਤਫਤੀਸ਼ ਦੇ ਵਿੱਚ ਸਾਨੂੰ ਅਹਿਮ ਖੁਲਾਸੇ ਮਿਲੇ ਸੀਗੇ। ਇਸ ਵਿੱਚ ਸਾਨੂੰ ਕਲੀਅਰ ਹੋਇਆ ਕਿ ਇੱਕ ਵਰਿੰਦਰ ਸਿੰਘ ਉਰਫ ਬੰਟੀ ਉਰਫ ਬਿੱਲਾ ਨਾਮ ਦਾ ਨੌਜਵਾਨ ਆ ਜੋ ਕਿ ਸੰਧੂ ਕਲੋਨੀ ਦਾ ਰਹਿਣ ਵਾਲਾ, ਉਸਨੂੰ ਸ਼ੱਕ ਸੀਗਾ ਕਿ ਉਸਦੀ ਵਾਈਫ ਦੇ, ਜਿਸਦਾ ਅਸੀਂ ਨਾਮ ਜ਼ਾਹਰ ਨਹੀਂ ਕਰ ਰਹੇ, ਉਸਦੀ ਵਾਈਫ ਦੇ ਜੋ ਰਿਸ਼ੀ ਸੇਠ ਮੇਨ ਇਹਦੇ ਵਿੱਚ ਜਿਹਦੇ ਗੋਲੀਆਂ ਲੱਗੀਆਂ ਵਾ ਉਸਦੇ ਨਾਲ ਰਿਲੇਸ਼ਨ ਹੋ ਸਕਦਾ ਵਾ, ਜਿਸ ਦੇ ਆਧਾਰ 'ਤੇ ਉਸਨੇ 3 ਅਲੱਗ ਅਲੱਗ ਸ਼ੂਟਰ ਅਰੇਂਜ ਕਰਕੇ ਇਸ ਨੂੰ ਮਾਰ ਦੇਣ ਦੀ ਨੀਤ ਨਾਲ ਇਸ 'ਤੇ ਫਾਇਰਿੰਗ ਕਰਾਈ ਸੀ। ਬਟ ਇਹਦੇ ਵਿੱਚ ਦੋਸ਼ੀ ਦੀ ਜਾਨ ਬਚ ਗਈ ਅਤੇ ਜੋ ਮੇਨ ਇਹਦੇ ਵਿੱਚ ਦੋਸ਼ੀ ਆ ਬਿੱਲਾ, ਜਿਸ ਵੱਲੋਂ ਸਾਰੀ ਪਲੈਨਿੰਗ ਕੀਤੀ ਗਈ, ਉਸਨੇ ਆਪਣੇ ਹੀ ਇੱਕ ਦੋਸਤ ਜਿਸਦਾ ਨਾਮ ਜਗਮੋਹਨ ਉਰਫ ਜੱਗੂ ਆ ਉਸ ਨਾਲ ਪਲੈਨ ਕਰਕੇ ਇਹਨਾਂ 3 ਦੋਸ਼ੀਆਂ ਨੂੰ, ਦੋਸ਼ੀ ਜਿਹੜੇ ਸ਼ੂਟਰ ਨੇ ਉਹਨਾਂ ਨੂੰ ਅਰੇਂਜ ਕਰਕੇ ਇਸ 'ਤੇ ਫਾਇਰਿੰਗ ਕਰਾਈ ਸੀ। ਇਸ ਵਿੱਚ ਜੋ ਹੁਣ ਤੱਕ ਅਸਲ ਸਾਹਮਣੇ ਆਇਆ ਕਿ ਜੋ ਬਿੱਲਾ ਵਾ ਮੇਨ ਦੋਸ਼ੀ ਆ, ਉਸਨੂੰ ਲੱਗਦਾ ਸੀ ਕਿ ਉਸਦੇ ਵਾਈਫ ਦੇ ਰਿਸ਼ੀ ਸੇਠ ਜਿਸ 'ਤੇ ਗੋਲੀਆਂ ਚੱਲੀਆਂ ਉਸ ਨਾਲ ਰਿਲੇਸ਼ਨ ਹੋ ਸਕਦੇ ਨੇ। ਸੋ ਇਸੇ ਬਿਨਾਂ 'ਤੇ ਪਹਿਲਾਂ ਕਈ ਵਾਰ ਉਸਨੂੰ ਗਾਲੀ ਗਲੋਚ ਵੀ ਕਰ ਚੁੱਕਾ ਵਾ, ਇਹ ਫੈਮਿਲੀ ਵੀ ਇਹਨਾਂ ਦੇ ਘਰੇ ਕਈ ਵਾਰ ਗਈ ਆ, ਇਸ ਤੋਂ ਇਲਾਵਾ ਇਸਨੇ ਫੋਨ 'ਤੇ ਧਮਕੀਆਂ ਵੀ ਦਿੱਤੀਆਂ ਵਾ ਅਤੇ ਕਈ ਵਾਰ ਪਹਿਲਾਂ ਵੀ ਰਸਤਾ ਰੋਕ ਕੇ ਇਸਨੂੰ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਆ, ਬਟ ਇਸ ਵਾਰ ਇਸਨੇ ਇਹ ਮਿਥਲਿਆ ਸੀ ਕਿ ਇਸਨੂੰ ਅਸੀਂ ਮਰਵਾਉਣਾ ਹੀ ਆ। ਰਾਵੀ ਨਹਿਰ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ, ਹੜ੍ਹ ਦੀ ਸੰਭਾਵਨਾ ਵੱਧ ਜਾਣ ਕਾਰਨ ਜ਼ਿਲ੍ਹਾ ਸਿਹਤ ਵਿਭਾਗ ਦੀ ਹਰਕਤ ਵਿੱਚ ਆ ਗਿਆ ਹੈ। ਇਸ ਬਾਰੇ ਸਿਵਲ ਸਰਜਨ
ਡਾਕਟਰ ਵਿਜੇ ਕੁਮਾਰ ਦਾ ਆਖਣਾ ਹੈ ਕਿ ਸਿਹਤ ਵਿਭਾਗ ਵੱਲੋਂ 44 ਰੈਪਿਡ ਰਿਐਕਸ਼ਨ ਟੀਮਸ ਲੋਕਾਂ ਦੀ ਸਹਾਇਤਾ ਅਤੇ ਇਲਾਜ ਪ੍ਰਦਾਨ ਕਰਨ ਲਈ ਗਠਿਤ ਕੀਤੀਆਂ ਗਈਆਂ ਹਨ। ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਿਹਤ ਸਹੂਲਤਾਂ ਅਤੇ ਸਰਕਾਰੀ ਹਸਪਤਾਲਸ ਅਤੇ ਸਿਹਤ ਕੇਂਦਰਾਂ ਵਿੱਚ ਵੀ ਸਿਹਤ ਸੇਵਾਵਾਂ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਸਾਡੇ ਮਾਨਯੋਗ ਸਿਹਤ ਮੰਤਰੀ ਕੱਲ੍ਹ ਸਾਡੇ ਕੋਲ ਵਿਜਿਟ ਕੀਤੇ ਹੈ, ਉਹਨਾਂ ਵੱਲੋਂ ਵੀ ਸਾਨੂੰ ਜਿਹੜੀਆਂ ਦਿਸ਼ਾ ਨਿਰਦੇਸ਼ ਜਿਹੜੇ ਆ ਬਲੱਡ ਦੇ ਅਕੋਰਡਿੰਗਲੀ ਦਿੱਤੇ ਗਏ ਨੇ। ਸਾਡੇ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਜਿਵੇਂ ਅਸੀਂ ਆਪਣੀ ਤਿਆਰੀ ਜਿਹੜੀ ਹੈ ਉਹ ਫੁੱਲ ਹੈਗੀ ਹੈ, ਮੇਰੀਆਂ 44 ਟੀਮਾਂ ਜਿਹੜੀਆਂ ਹੈਗੀਆਂ ਰੈਪਿਡ ਰਿਸਪੋਂਸ ਟੀਮ ਜਿਹੜੀਆਂ ਬਣੀਆਂ ਹੋਈਆਂ ਜਿਹੜੀਆਂ ਫੀਲਡ ਦੇ ਵਿੱਚ ਇਸ ਵੇਲੇ ਵੀ ਕੰਮ ਕਰਦੀਆਂ ਪਈਆਂ, ਕਿਉਂਕਿ ਸਾਡਾ ਮੇਜਰ ਏਰੀਆ ਕੋਈ ਇਫੈਕਟ ਨਹੀਂ ਹੋਇਆ। ਫਿਰ ਵੀ 2 ਪਿੰਡ ਜਦੋਂ ਪਿੱਛੇ ਪਾਣੀ ਆਇਆ ਸੀਗਾ ਬਿਆਸ ਦੇ ਏਰੀਏ ਦੇ ਕੰਢੇ ਦੇ ਵਿੱਚ 2 ਪਿੰਡ ਇਫੈਕਟ ਹੋਏ ਸੀ, ਉੱਥੇ ਮੇਰੀ ਡੇਲੀ 2 ਟੀਮਾਂ ਮੇਰੀਆਂ ਉੱਥੇ ਜਾ ਕੇ ਮਰੀਜ਼ ਦੇਖਦੀਆਂ, ਬਾਕੀ ਟੀਮਾਂ ਮੇਰੀਆਂ ਫੀਲਡ ਵਿੱਚ ਜਿੱਥੇ ਵੀ ਕਿਤੇ ਪਾਣੀ ਖੜ੍ਹਾ ਹੋਇਆ ਉਹਦੇ ਵਿੱਚ ਜਿਹੜੀਆਂ ਰੂਟੀਨ ਐਕਟੀਵਿਟੀਜ਼ ਹੁੰਦੀਆਂ ਜਿਵੇਂ ਸਪਰੇਅ ਕਰਨਾ, ਕੈਰੋਸਿਨ ਆਇਲ ਪਾਉਣਾ, ਉਹ ਰੂਟੀਨ ਦੇ ਵਿੱਚ ਜਾ ਕੇ ਆਪਣੇ ਲੋਕਾਂ ਨੂੰ, ਪਲੱਸ ਜਿੱਥੇ ਕਿਤੇ ਲੋੜ ਹੈਗੀ ਹੈ ਮੈਡੀਸਨ ਦੀ ਉੱਥੇ ਮੈਡੀਸਨ ਵੀ ਜਿਹੜੀ ਹੈ ਪ੍ਰੋਵਾਈਡ ਕੀਤੀ ਜਾ ਰਹੀ। ਸਾਰੇ ਅਸੀਂ ਆਪਣੇ ਜ਼ਿਲ੍ਹਾ ਦੇ ਵਿੱਚ ਕਰੀਬ ਜਿਹੜੇ 550 ਦੇ ਕਰੀਬ ਬੈੱਡ ਜਿਹੜੇ ਆ ਫਾਰ ਫਲੱਡ ਜਿਹੜੇ ਆ ਰਿਜ਼ਰਵ ਕਰਕੇ ਰੱਖੇ ਨੇ, ਜਿਨ੍ਹਾਂ 'ਚੋਂ 200 ਬੈੱਡ ਜਿਹੜੇ ਆ ਉਹ ਮੇਰੀਆਂ ਸਰਕਾਰੀ ਇੰਸਟੀਟਿਊਸ਼ਨਾਂ ਦੇ ਵਿੱਚ ਡਿਫਰੈਂਟ ਸੈਂਟਰਸ ਦੇ ਵਿੱਚ ਨੇ, 300 ਬੈੱਡ ਮੈਨੂੰ ਮੈਡੀਕਲ ਕਾਲਜ ਨੇ ਪ੍ਰੋਵਾਈਡ ਕੀਤੇ ਆ ਕਿ ਜੇ ਲੋੜ ਪਈ ਤਾਂ ਆਪਾਂ 300 ਬੈੱਡ ਦੇ ਸਕਦੇ ਹਾਂ, ਅਤੇ 50 ਬੈੱਡ ਜਿਹੜੇ ਸਾਡੇ ESI ਵਾਲਿਆਂ ਨੇ ਸਾਨੂੰ ਕਿਹਾ ਜੇ ਇਨ ਕੇਸ ਆਫ ਐਮਰਜੈਂਸੀ ਅਸੀਂ ਤੁਹਾਨੂੰ ਇੰਨੇ ਕਰੀਬ 550 ਦੇ ਬੈੱਡ ਦੇ ਕਰੀਬ ਸਾਡੇ ਕੋਲ ਜਿਹੜੇ ਆ ਰਿਜ਼ਰਵ ਅਸੀਂ ਫਾਰ ਫਲੱਡਸ ਵਾਸਤੇ ਰੱਖੇ ਆ। ਇਹ ਸੱਚ ਸਾਡੇ ਏਰੀਏ ਦੇ ਵਿੱਚ ਕਿਤੇ ਵੀ ਕੋਈ ਇਸ ਤਰ੍ਹਾਂ ਦਾ ਕਲੱਸਟਰ ਜਿਹੜਾ ਡਾਇਰੀਆ ਜਾਂ ਫੀਵਰ ਦੇ ਬਹੁਤ ਕਲੱਸਟਰ ਦੇ ਵਿੱਚ ਕੇਸਿਸ ਸਾਡੇ ਕੋਲ ਨਹੀਂ ਆ ਰਹੇ। ਰੈਂਡਮਲੀ ਕੇਸਿਸ ਡਿਫਰੈਂਟ ਜਗ੍ਹਾ ਦੇ ਉੱਤੋਂ ਆ ਰਹੇ ਆ, ਜਿੱਦਾਂ ਮੈਂ ਉੱਥੇ ਉਸ ਪਿੰਡ 'ਚ ਵੀ ਟੀਮਾਂ ਬਿਠਾਈ ਦੀਆਂ, 850 ਦੇ ਕਰੀਬ ਉਹਨਾਂ ਨੇ ਪੇਸ਼ੈਂਟ ਦੇਖੇ ਆ, ਪਰ ਕੋਈ ਵੀ ਕਿਤੇ ਕੋਈ ਰੈਗੂਲਰ ਕੋਈ ਡਾਇਰੀਆ ਜਾਂ ਉਹਦਾ ਕੋਈ ਜਿਹੜਾ ਕੋਈ ਇੱਦਾਂ ਦਾ ਪੇਸ਼ੈਂਟ ਜਿਹੜਾ ਸਾਡੇ ਕੋਲ ਜਿਹੜਾ ਜਿਹਦੇ ਕਲੱਸਟਰ ਕੋਈ 4-5 ਮਰੀਜ਼ ਇਕੱਠੇ ਕਿਤੇ ਵੀ ਨਹੀਂ ਆਏ। ਸੋ ਫਿਰ ਵੀ ਸਾਡੀਆਂ ਟੀਮਾਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਆਪਣੇ ਹਾਈਜੀਨ ਬਾਰੇ ਲੋਕਾਂ ਨੂੰ ਇਹ ਵੀ ਕਹਿ ਰਹੀਆਂ ਵੀ ਮੱਛਰ ਮਲੇਰੀਏ ਤੋਂ ਬਚਣ ਵਾਸਤੇ ਆਪਾਂ ਸਾਵਧਾਨੀਆਂ ਵਰਤਣੀਆਂ, ਛੋਟੇ ਪਿੰਡਾਂ ਦੇ ਵਿੱਚ ਜਿੱਥੇ ਪਾਣੀ ਖੜ੍ਹਾ ਵਾ, ਛੋਟੀਆਂ ਛੋਟੀਆਂ ਗਲੀਆਂ ਨਾਲੀਆਂ ਦੇ ਵਿੱਚ ਕਈ ਵਾਰੀ ਪਾਣੀ ਖੜ੍ਹਾ ਹੋ ਜਾਂਦਾ, ਉੱਥੇ ਤੁਸੀਂ ਗਲੀਆਂ ਦੇ ਵਿੱਚ ਜਿੱਥੇ ਟਿੱਬੇ ਬਣੇ ਆ ਉੱਥੇ ਤੁਸੀਂ ਮਿੱਟੀ ਭਰ ਸਕਦੇ ਹੋ, ਪਾਣੀ ਨਾਲ ਸਾਫ਼ ਕਰ ਸਕਦੇ ਹੋ। ਇਸ ਤਰ੍ਹਾਂ ਇੰਸਟਰਕਸ਼ਨ ਜਿਹੜੀਆਂ ਦਿੱਤੀਆਂ ਜਾਂਦੀਆਂ, ਅਤੇ ਪਿੰਡਾਂ ਦੇ ਵਿੱਚ ਸਾਡੇ ਵੱਲੋਂ ਸਪਰੇਅ ਕੀਤਾ ਜਾ ਰਿਹਾ, ਪਲੱਸ ਨਾਲ ਆਪਣੇ ਕੈਰੋਸਿਨ ਆਇਲ ਵਗੈਰਾ ਜਿੱਥੇ ਸਟੈਂਡਿੰਗ ਵਾਟਰ ਹੈਗਾ ਉਹ ਜਿਹੜੀਆਂ ਇੰਸਟਰਕਸ਼ਨ ਲੋਕਾਂ ਨੂੰ ਦਿੱਤੀਆਂ, ਐਜੂਕੇਟ ਕੀਤਾ ਜਾ ਰਿਹਾ ਲੋਕਾਂ ਨੂੰ ਕਿਸ ਤਰ੍ਹਾਂ। ਹਾਂ, ਡਿਪਾਰਟਮੈਂਟ ਮੇਰਾ ਸਾਰਾ ਜਿਹੜਾ ਐਕਟਿਵਲੀ ਇਨਵੋਲਵਡ ਹੈਗਾ, ਸਾਰਾ ਜਿਹੜਾ ਫੀਲਡ ਵਿੱਚ ਮੇਰੀਆਂ ਟੀਮਾਂ ਜਿਹੀਆਂ ਕੰਮ ਕਰ ਰਹੀਆਂ। ਭਾਰੀ ਬਾਰਿਸ਼ ਕਾਰਨ ਜ਼ਿਲ੍ਹਾ ਅੰਮ੍ਰਿਤਸਰ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਨੇ, ਔਰ ਰਾਵੀ ਦਰਿਆ ਦੇ ਕੰਢੇ ਜਿਹੜੇ ਪਿੰਡ ਨੇ ਉੱਥੇ ਕੋਈ ਹੜ੍ਹ ਦਾ ਅੰਦੇਸ਼ਾ ਵੀ ਬਣਿਆ ਸੀ, ਜਿਹਦੇ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੂਚਿਤ ਵੀ ਕੀਤਾ ਗਿਆ। ਸੋ ਇਸ ਨੂੰ ਲੈ ਕੇ ਜਿਹੜਾ ਸਿਹਤ ਵਿਭਾਗ ਹੈ ਉਹ ਵੀ ਲੋਕਾਂ ਦੀ ਸਹਾਇਤਾ ਲਈ ਸਾਰੇ ਕੰਮ ਕਰ ਰਿਹਾ। ਸੋ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਹੋਰਾਂ ਦਾ ਆਖਣਾ ਹੈ ਕਿ 44 ਦੇ ਆਸ ਪਾਸ RRT ਟੀਮਾਂ ਜਿਹੜੀਆਂ ਨੇ ਉਹ ਇਸ ਪਾਸੇ ਸਾਰਾ ਕੰਮ ਕਰ ਰਹੀਆਂ ਨੇ, ਜਿੰਨੇ ਵੀ ਹੈਲਥ ਸੈਂਟਰਸ ਨੇ ਉਹਦੇ 'ਚ ਦਵਾਈਆਂ ਦਾ ਦੂਜਾ ਸਾਰਾ ਪ੍ਰਬੰਧ ਹੈ, ਔਰ ਜਿਹੜੇ ਬੈੱਡ ਵੀ ਉਹ ਰਿਜ਼ਰਵ ਰੱਖੇ ਗਏ ਨੇ। ਸੋ ਉਹਨਾਂ ਆਖਿਆ ਕਿ ਜੇਕਰ ਕੋਈ ਜ਼ਰੂਰਤ ਪੈਂਦੀ ਹੈ ਤਾਂ ਸਿਹਤ ਵਿਭਾਗ ਲੋਕਾਂ ਦੀ ਸਹਾਇਤਾ ਲਈ ਪੂਰੀ ਤਰੀਕੇ ਨਾਲ ਤਿਆਰ ਹੈ। ਨਾਲ ਹੀ ਉਹਨਾਂ ਨੇ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਆਸ ਪਾਸ ਪਾਣੀ ਇਕੱਠਾ ਨਾ ਹੋਣ ਦੇਣ, ਔਰ ਆਪਣੇ ਆਸ ਪਾਸ ਸਫਾਈ ਰੱਖਣ ਤਾਂ ਕਿ ਕੋਈ ਡੇਂਗੂ ਜਾਂ ਡਾਇਰੀਆ ਫੈਲਣ ਦਾ ਕੋਈ ਡਰ ਨਾ ਰਹੇ। ਕੈਮਰਾਮੈਨ ਰਕੇਸ਼ ਕੁਮਾਰ ਨੇ, ਸੰਦੀਪ ਸਿਆਲ, ਫਾਸਟ ਨਿਊਜ਼, ਅੰਮ੍ਰਿਤਸਰ। ਵਿਧਾਨ ਸਭਾ ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਵੱਲੋਂ ਗੇਟ ਖਜ਼ਾਨਾ ਦੀ ਸੜਕ ਵਿਖੇ ਬਣੇ ਡਿਵਾਈਡਰ ਉੱਪਰ ਪੌਦੇ ਲਗਾਏ ਗਏ ਅਤੇ ਆਖਿਆ ਗਿਆ ਕਿ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਇਸ ਮੌਕੇ ਵਾਰਡ ਇੰਚਾਰਜ ਚਰਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਅੱਜ ਅਸੀਂ ਸੈਂਟਰਲ ਕੰਸਟੀਚੁਐਂਸੀ ਦੇ ਵਿੱਚ ਪਲਾਂਟੇਸ਼ਨ ਦਾ ਕੰਮ ਕੀਤਾ। ਅਸੀਂ ਇਹ ਇੱਕ ਇਰਾਦਾ ਕੀਤਾ ਕਿ ਤਕਰੀਬਨ 1600 ਬੂਟਾ ਜਿਹੜਾ ਨਵਾਂ ਪਲਾਂਟਸ ਦਾ ਉਹ ਅਸੀਂ ਲਗਾਵਾਂਗੇ ਹਾਲ ਗੇਟ ਤੋਂ ਲੈ ਕੇ ਭਗਤਾਂ ਵਾਲੇ ਗੇਟ ਤੱਕ। ਅੱਜ ਤਕਰੀਬਨ ਕੋਈ 300-400 ਪਲਾਂਟਸ ਜਿਹੜੇ ਆ ਉਹ ਅੱਜ ਲਗਾ ਦਿੱਤੇ ਗਏ ਆ। ਸਾਰੇ ਵਲੰਟੀਅਰ ਸਾਹਿਬਾਨ ਦਾ ਮੈਂ ਇੱਥੇ ਆਉਣ 'ਤੇ ਦਿਲੋਂ ਹਾਰਦਿਕ ਜਿਹੜਾ ਸਵਾਗਤ ਕਰਦਾ। 1600 ਬੂਟੇ ਜੇ ਸੈਂਟਰਲ ਅੱਗੇ ਦੇ ਲੱਗ ਗਏ ਜੇ, ਅੱਜ ਸਾਡੀ ਵਾਰਡ ਨੰਬਰ 68 ਦੇ ਵਿੱਚ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਵਰਿੰਦਰ ਸਾਹਿਬਾਨ ਸਾਰੇ ਇਕੱਠੇ ਹੋ ਕੇ ਅਤੇ ਡਾਕਟਰ ਸਾਹਿਬ ਦੇ ਨਾਲ ਬੂਟੇ ਲਾਉਣ ਆਏ ਹੈ। ਗਰਮੀਆਂ ਦੇ ਮੌਸਮ ਵਿੱਚ ਅਕਸਰ ਲਾਈਟ ਚਲੀ ਜਾਂਦੀ ਹੈ, ਜਿਸ ਵਿੱਚ ਰੈਜ਼ੀਡੈਂਸ਼ੀਅਲ ਏਰੀਆਜ਼, ਕਮਰਸ਼ੀਅਲ ਏਰੀਆਜ਼ ਅਤੇ ਸੜਕਾਂ 'ਤੇ ਲੱਗੀਆਂ ਟ੍ਰੈਫਿਕ ਲਾਈਟਸ ਹਨ। ਵੇਖਣ ਵਿੱਚ ਇਹੀ ਆਉਂਦਾ ਕਿ ਟ੍ਰੈਫਿਕ ਲਾਈਟਸ ਬੰਦ ਹੋਣ ਨਾਲ ਟ੍ਰੈਫਿਕ ਦੀ ਮੂਵਮੈਂਟ ਕਨਫਿਊਜ਼ਡ ਹੋ ਜਾਂਦੀ ਹੈ ਅਤੇ ਲੋਕ ਇੱਕ ਦੂਸਰੇ ਤੋਂ ਅੱਗੇ ਲੰਘਣ ਦੀ ਜਲਦੀ ਵਿੱਚ ਹੁੰਦੇ ਹਨ। ਕਈ ਵਾਰ ਬਹਿਸ ਅਤੇ ਲੜਾਈ ਵੀ ਵੇਖਣ ਨੂੰ ਮਿਲਦੀ ਹੈ। ਸਾਰੀ ਟੀਮਸ ਅਕਸਰ ਇਹੋ ਜਿਹੇ ਕੇਸਿਸ ਨੂੰ ਕਵਰ ਕਰਦੀਆਂ ਹਨ ਜਿਸ ਵਿੱਚ ਟ੍ਰੈਫਿਕ ਲਾਈਟਸ ਬੰਦ ਹੁੰਦੀਆਂ ਹਨ।
साड़ी टीम ने क्रिस्टल चौंक नू कवर कीता, जिथे ट्रैफिक लाइट पिछले कई दिनों तो बंद पई है। ट्रैफिक मुलाजम वेखन विच जरूर आए, पर शहर वासी अपने हिसाब नाल ही व्हीकल्स चला रहे सन। साडे नाल गल करदिया एक राहगीर ने बंद ट्रैफिक लाइट्स बारे अपने विचार सांझे कीते। प्रशासन तो असी मंग रखदे हां कि रेजिडेंशियल जां कमर्शियल लाइट्स बारे वो अपना डिसीजन आप लैन, पर शहर दिया ट्रैफिक लाइट्स से लगातार चलते रहन बारे कोई होर व्यवस्था होनी चाहिए है। ट्रैफिक लाइट जी है बंद जी है, ये सरकार को चाहिए कि ट्रैफिक लाइटा जोकों सही रस्ते जाने वास्ते बड़ी मददगार होंदिया, ये ठीक होनिया चाहिए। ए बंद होने लोगों पता नहीं लगता कि ट्रैफिक किधर जाना किधर नहीं जाना, इनू तुरंत ठीक किया जाए, क्योंकि सरकार एक तो सरकार ने यहोजा काम चलिया कि चलान कट्टन पर जोर रख लिया, चलान कट्टते ने अगे जाके वारदातें होंदिया वह कोई परवाह नहीं सरकार कर रही। लाइट बंद लोगों नहीं पता लगता कि किस तरह लाइट चलेगी कि नहीं चलेगी, लोग निकली जाते पे ने कई दुर्घटना होने का कारण अगर बन जाए ने, तो सरकार ने लाइट जी है ये प्रोपर हर चौंक की जी लाइट है बिल्कुल सिग्नल ठीक होना चाहिए ने, जिन्ना सुचारू ढंग ट्रैफिक चल सके, ना कि जिधर मर्जी लोग जाई जान जिधर मर्जी आई जान उस लोगों का नुकसान हों। प्रशासन को मंग है साड़ी कि मतलब कि इनू ठीक किया जाए। ये क्रिस्टल चौंक काफ़ी दिनों तो लाइटा बंद आ रही, जो भी अद्धों लंघो लाइट बंद ही होंगी है। शहर में वाधा ट्रैफिक जो कि ट्रैफिक पुलिस वास्ते वैसे ही एक दिक्कत बन चुकी है, लंघ ट्रैफिक वास्ते सब तो वड्डी दिक्कत है कि तकरीबन चौंकों के लाइट्स जिहड़ियां ने लाइट्स ऑफ ने। ट्रैफिक लाइट्स ऑफ का मतलब होंदा है कि ट्रैफिक कन्फ्यूज़ होंदा है, हर बंदा जल्दी जाने नीयत में रहिंदा है, और देखा जाए आता है कि तकरीबन इस वेले बहस भी होंदी है और कई बार छोटे मोटे एक्सीडेंट्स हो जाते हैं। प्रशासन इस चीज़ को देखिए कि जो घट्टो घट चौंक है उन्होंने किसी ना किसी तरीके एमरजेंसी लाइट या एमरजेंसी कोई ना कोई यहोजा उन्होंने को सप्लाई होनी चाहिए है, जिद ट्रैफिक लाइट्स जोड़िया ने ऑन रहन। उम्मीद करते हैं कि ट्रैफिक तो सही चलता पाया, मैनेज भी हो रहा है, पुलिस वाले भी है, लाइट्स का होना उन्ना ही जरूरी है। कैमरा पर्सन विजय नाल जेपी सिंह, फास्ट न्यूज अमृतसर। फास्ट वे का फिल्मी चैनल नंबर 240 थे, फास्ट वे मूवी चैनल नंबर 241 थे, फास्ट वे मेट्रो चैनल नंबर 242 थे, फास्ट वे म्यूजिक चैनल नंबर 243 थे। गुरुद्वारा शहीदां साहिब तो सीधा प्रसारण चैनल नंबर 556, श्री दुर्गियाना तीरथ तो सीधा प्रसारण चैनल नंबर 563 से किया जा रहा है। मंदिर लाल भवन मॉडल टाउन विखे सवेरे सीधा प्रसारण चैनल नंबर 241 और शाम को सीधा प्रसारण चैनल नंबर 242 से किया जाता है। फास्ट वे के लोकल चैनलों से एडवरटीजमेंट देने लिए 4 007 09308333 से संपर्क किया जा सकता है। शहर की ट्रैफिक प्रणाली को दुरुस्त रखने लिए ADCP ट्रैफिक अमनदीप कौर वालों नगर निगम विभाग की टीम नाल मिलके सांझे तौर पर विड्डी मुहिम के तहत शहर के वख-वख हिस्सों विचों एनक्रोचमेंट नू हटा आख्या अते फास्टवे नू टीम नाल गलबात करदा उन्हां आख्या कि लोग जिला प्रशासन वालों जारी हिदायतों की पालना करन अते अपना समान हद विच रखन तां जो शहर की सुंदरता बरकरार रहे, अते इन्हां हिदायतों की पालना ना करन वाले लोगों के चलान अते समान जब्त कर बनदी कार्रवाई की जाएगी। कोशिश हूँ ये हैगी है जिहड़ी जगह असी एक्चुअली इनक्रोचमेंट फ्री कराई हुई उन्होंने फॉलोअप करने वास्ते तकरीबन असी समय समय मतलब हफ्ते में 2-3 बार उन्होंने एरिए आए हैं। ये अज असी आए थे पुतलीघर का बाजार सीगा, पहलों असी छियाटा किया छियाटा बाजार और छियाटा चौंक साडा एक जिवें चौंक नू मॉडल एक सैट किया हो जिवें साडा पुतलीघर चौंक आ तकरीबन साडा खाली है, इस तरह ही छियाटा चौंक जिहड़ा भी तकरीबन खाली है, और इस तरह हुण असी जिहड़ा सीगा पुतलीघर आए सीगे इहदे नाल ही मुड़ के जिहड़ी लिबर्टी मार्केट आ उत्थे जावांगे, और साडी कोशिश इहो ही आ वी जिहड़े असी जगह खाली कराईआं वो कंटिन्यू इस तरह ही उहदा फॉलोअप करदा रहे तां जो लोकां नू वी इस चीज़ का अवेयर हो सकन वी असी समान बाहर नहीं कढ सकदे। काफ़ी दुकानदार भी इस चीज़ कराने के नाल जिहड़ी साडी इनक्रोचमेंट हटाने करके दुकानदार भी बहुत खुश आ, हर बंदा जिहड़ा आराम नाल आ सकता, गड्डी भी वो अपनी 3-4 मिनट 5-10 मिनट वास्ते पार्क कर सकता क्योंकि उन्होंने जगह लभदी है कि कोई इवें दी उन्होंने प्रॉब्लम नहीं आती। गां तो यही है साडा एक्चुअली जे इहदी चीज़ भी अहीं बंद कर देंगे जिन्नियां दा तक मेरी पोस्टिंग इत्थे आ इस तरह ही रहूगा, मैं और मेरी टीम जिहड़ी आ इनक्रोचमेंट के खिलाफ हाँ तो खिलाफ ही रहांगे। हाँ जे किसी नूं प्रॉब्लम आउंदी है वो गल कर सकदा, उहदी हल भी कढ़िया जाऊगा। गुरु नगरी श्री अमृतसर साहब की सुंदरता नूं बरकरार रखण दे लई नगर निगम स्टेट विभाग और पुलिस प्रशासन दे ADCP मैडम अमनदीप कौर होरां वल्लों सांझे तौर दे उत्ते जिहड़ी मुहिम चलाई जा रही है विड्डी मुहिम दे तहत अज पुतली घर दा एरिया मजिठा रोड दा एरिया और शहर दे वख-वख एरिया दे विचों अज इनक्रोचमेंट हटाया गया, तो लोगों को इको हदायत की गई है कि इनक्रोचमेंट ना करन नहीं तो बनदी कार्रवाई की जाएगी, तो शहर की सुंदरता ते दिख ते खिच नूं बरकरार रखने के लिए लोगों को अपील की गई है कि लोग पुलिस प्रशासन का सहयोग करन
नगर निगम का सहयोग कर शहर की सुंदरता बरकरार रहे। कैमरामैन नरेश कुमार के नाल सुशील शर्मा फास्ट न्यूज़ अमृतसर। डिप्टी कमिश्नर तरन तारण बलदीप कौर ने दस कि जिला तरन तारण में आई बारिश के कारण खड़े पानी का लैवल खतरे के निशान तो थले जा चुका है। तरन तारण के जिला प्रशासन वालों लोगों तक हर तरह की जरूरी मदद पहुँचाई जा रही है। हड़ा कारण जिन्हें जरूरतमंद लोगों के घर का नुकसान होया है उन्होंने सरकार वालों माली सहायता दी जाएगी। हड़ा की स्थिति अंडर कंट्रोल है। जड़ा अपने हरीके डाउनस्ट्रीम पानी से घट के हूँ लगभग 40,000 क्यूसैक रह गया, जड़ा के पीक के उत्ते 2.25 लाख के लगभग 2.25 लाख क्यूसैक के लगभग से हूँ। साडा ध्यान रीहैबिलिटेशन वाल है, लोगों में बीमारियाँ ना फैलन इस पासे है, लोगों को राहत समगरी कितने पहुँचानी किस तरह की पहुँचानी है इस चीज़ पर है। लोगों के जोड़े मकान नुकसान होया वह असी सर्वे किया, साड़ी कोलैबोरेशन हुई है सरबत्ता भला चैरिटेबल ट्रस्ट नाल, जिन्होंने सानू विश्वास दवाया है कि वह साढ़े इतने जोड़े कुछ मकान साढ़े डैमेज हुए ने हड़ा नाल उन्हां दी रिपेयर करवा के देंगे तो बहुत जल्दी करवा के देंगे। जी लिस्ट असी उन्होंने अज सौंप दी है। इस तो इलावा अपने कोल मतलब जिनी लोड़ी अमाउंट के दवाइया चारा राशन ये सारा कुछ है। असी जिथे भी कितने लोड़वंदा नूं जिस तरह की सहायता की जरूरत हुंदी है उत्थे उह सहायता तुरंत पहुँचा देंगे। डीसी ने दसिया है कि हर बंदे नूं राहत पहुँचाई जा रही है और उन्होंने कहा कि पानी जो है हुण बहुत ज़्यादा उतर चुका है, इसलिए हौली हौली स्थिति जो नॉर्मल हो रही है। कैमरामैन विक्रम सहल के नाल गुरिंदर टिंकू रिपोर्ट फास्ट वे न्यूज़ तरन तारण। शहीदी जोड़ मेले के संबंध में नवी सड़क कटरा करम सिंह विखे लंगर लगाया गया। विधायक डॉक्टर अजय गुप्ता ने लंगर की शुरुआत की थी आते उन्हां नूं सन्मानित कीता गया। इस मौके लखविंदर सिंह जोसन समेत कई लोग मौजूद सन। हर साल की तरह इस साल भी जिहड़ा साडे लखविंदर सिंह जोसन जी ने और उन्हां दा पूरा परिवार और नव युवक मंडली जिहड़ी इत्थे नौजवानों की वो सारे हर साल जिहड़ा शहीदी जोड़ मेले ते शहीदां दी याद दे विच एक लंगर ऑर्गनाइज करते हैं जिहड़ा कि सवेरे 9 बजे तो शुरू हो जाता और रात 8-9 बजे तक चलता है। थाना मकबूलपुरा की चौकी वल्ला वालों एक चपटमार सरबजीत सिंह नूं गिरफ्तार करके इस पासों सोने की कांदी वाली एक खिडौना पिस्तौल और वारदात समय वरत्या गया मोटरसाइकिल बरामद किया गया है। हुण समा हो गया एक छोटे जिहे ब्रेक का, ब्रेक तो बाद तुसी वेखोगे। बेबी कौला जी भलाई केंद्र ट्रस्ट वालों हड़ पीड़ितों लई भेजी गई राहत समग्री। कुछ होर खबर एक छोटे जिहे ब्रेक तो बाद। फनलैंड अपने बच्चों को नेचर का अनुभव और राइड्स का फन दीजिए। आइए कंपनी बाग में सबके मनपसंद फनलैंड में और मजे लीजिए बेशुमार राइड्स, बोटिंग, रेस्टोरेंट, हॉर्स राइडिंग, आर्टिफिशियल जू, डांस और बहुत सारी एक्साइटिंग एक्टिविटीज का। एंट्री सिर्फ 5 रुपए से शुरू। Land in your city, unlimited fun. Tujhe dekha hua pagal, pagal, body body just a bottle, bottle. Passa chane ja, ban meri Yamaha. Let me hit the throttle. Let me make you move.
तो बाद एक बार फिर तुहाडा स्वागत है। बीबी कौला जी भलाई केंद्र ट्रस्ट के भाई गुर इकबाल सिंह वालों हड़ पीड़ितों लिए राहत समग्री और पशुओं लिए चारे दियां चार पांच गड्डियां भेजिया गई हैं। डिप्टी कमिश्नर तरन तारण बलदीप कौर उचेचे तौर पर मौजूद सन और उन्होंने इन्होंने गड्डियां रवाना किया। बीबी कौला जी भलाई केंद्र ट्रस्ट वालों हड़ पीड़ितों लोड़ींदे सहयोग देने का भरोसा दिता गया। इस मौके पर भाई अमनदीप सिंह, मनदीप सिंह, गुरपाल सिंह, रंजीत सिंह और परमजीत सिंह भी मौजूद सन। फसल का हजे जायजा लिया जा रहा क्योंकि बहुत सारे खेतों के पानी उतर चुका है और कितने कितने हजे थोड़ा जहा पानी आ रहा है। ये सीजन के खत्म होने तक पूरा जायजा लिया जा सकेगा क्योंकि हजे बरसात का मौसम चल ही रहा। दूसरा जितों तक इन्हों का राहत पहुँचा है सवाल है, सानू बहुत ही सरकार तो बहुत मदद मिली है। जो असी मदद सरकार तो मंगी है पंजाब सरकार तो साढ़े तक आई है। संस्थावां संस्थावां वक् संप्रदाय या समाज के वक् जिस तरह असी माता कौला जी भलाई ट्रस्ट है सब ने सानू बहुत मदद दिती है जी। अज जो धन गुरु अमरदास सच्चे पातशाह जी के पावन पवित्र जो चरणों के जोड़े भी इस स्थान पर पहुंचे ने संगत लाह लै रही ने। वातावरण की संभाल लई लायंस क्लब अमृतसर गोल्डन टैंपल वालों आनंद अमृत पार्क रंजीत एवेन्यू विखे बूटे लगाए गए और लोगों को संदेश दिता गया कि वातावरण में शुद्धता लई ओ वध तो वध पौधे लगा। इस मौके पर प्रधान कवरदीप सिंह सिद्धू, सकत्तर जगजीत सिंह दुआ, नरेंद्र सिंह, रीजनल चेयरमैन जे एस सुचू, डायरैक्टर एस पी सिंह, मनदीप सिंह, रतन लाल भी मौजूद सन। इत जिक्र हो गया कि लायंस क्लब अमृतसर गोल्डन टैंपल वालों हड़ पीड़ितों की मदद लई राहत राशि भी भेजी गई है क्योंकि पानी जिहड़ा आंदे 2040 तक उन्होंने एस्टीमेट दिता कि खत्म हो रहा है। जे आपां इह बूटे नहीं लावांगे, प्लांट नहीं लावांगे तो यह पानी जिहड़ा 2040 तो बाद खत्म हो जाएगा। ये मैसेज साडा इह है जी, वातावरण नूं शुद्ध करन वास्ते सारयां नूं उपराला करना चाहिए जी। असीं भी एक उपराला कर रहे हैं जिहदे नाल वध तों वध बूटे लाए तां जो जिहड़ी नैचुरल कलैमिटीज़ जिहड़ियां आ रही हड़ वगैरह ये सब इमबैलेंस करके आ रहा। और यही ट्री प्लांटेशन जिहड़ी आ अमृत आनंद पार्क जिसनों रोज़ गार्डन भी कहिंदे आ और ये ई ब्लाक दे विच है, इत्थे अज आपां दरख्त लगा के इहदी शुरुआत कीती आ। जहाजगढ़ विखे अंबेडकर समाज दल वालों बैठक की गई जिसकी अगवाई राष्ट्रीय प्रधान सनी दानव ने की। इस दौरान शहर दिया कई नामी ग्रामी शख्सियत अंबेडकर समाज दल विच शामिल हुई। रमेश मेशा उम्मीद प्रधान पंजाब, जगदीश अटवाल सकत्तर पंजाब, राजेश गिल पंजाब प्रधान व्यापार सैल, अजय गिल एम्पलॉय सैल का शहरी प्रधान, कौशल हंस जिला यूथ विंग का मीत प्रधान नियुक्त किया गया। ਵੱਡੀ ਗਿਣਤੀ ਵਿੱਚ ਸੰਸਥਾ ਦੇ ਮੈਂਬਰਸ ਮੌਜੂਦ ਸਨ। ਕਈ ਦਿਨਾਂ ਤੋਂ ਸਾਥੀ ਸੇਵਾਰਤ ਸੀਗੇ ਸਾਡੇ ਮਿੱਛਾ ਪਹਿਲਵਾਨ ਜੀ, ਰਜੇਸ਼ ਗਿੱਲ ਜੀ, ਜਗਦੀਸ਼ ਅਟਵਾਲ ਜੀ, ਕੁਸ਼ਾਲ ਜੀ, ਕੁਸ਼ਲ ਜੀ ਔਰ ਉਹਨਾਂ ਦੇ ਨਾਲ ਸਾਡੇ ਰਜੇਸ਼ ਗਿੱਲ ਜੀ, ਹੈਪੀ ਭਗਤ ਜੀ, ਉਹਨਾਂ ਦੀਆਂ ਸੇਵਾਵਾਂ ਦੇਖਦੇ ਹੋਏ ਅੱਜ ਕੋਰ ਕਮੇਟੀ ਵੱਲੋਂ ਫੈਸਲਾ ਕਰਕੇ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਅੰਬੇਦਕਰ ਸਮਾਜ ਦਲ ਦੇ ਰਾਸ਼ਟਰੀ ਅਧਿਆਪਕ ਸਨੀ ਦਾਨਵ ਜੀ ਨੇ ਸਾਨੂੰ ਜੋ ਜ਼ਿੰਮੇਵਾਰੀ ਸੌਂਪੀ ਅੱਜ ਸੱਚੇ ਮਨ ਦੇ ਨਾਲ ਅਸੀਂ ਇਹਨਾਂ ਦੀ ਆਪਣੀ ਸੇਵਾ ਨਿਭਾਵਾਂ। ਨਗਰ ਨਿਗਮ ਟੈਕਨੀਕਲ ਪੈਨਸ਼ਨਰਸ ਵੱਲੋਂ ਬਕਾਇਆ ਰਿਲੀਜ਼ ਨਾ ਹੋਣ ਤੇ ਵਿਰੋਧ ਜਤਾਉਂਦਿਆਂ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਪ੍ਰਧਾਨ ਕਰਮਜੀਤ ਸਿੰਘ ਕੇਪੀ ਅਤੇ ਇੰਟੈਕ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਨੇ ਆਖਿਆ ਕਿ ਬਕਾਇਆ ਰਿਲੀਜ਼ ਹੋਣ ਤੱਕ ਇਹ ਧਰਨਾ ਜਾਰੀ ਰਹੇਗਾ। ਪ੍ਰਧਾਨ ਰਾਜੇਸ਼ ਕੁਮਾਰ, ਬਲਜੀਤ ਸਿੰਘ ਬਾਜਵਾ, ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਨਰੇਸ਼ ਰਾਜੂ, ਰਾਜਕੁਮਾਰ, ਭਗਵੰਤ ਸਿੰਘ ਵੀ ਮੌਜੂਦ ਸਨ। ਇਸ ਮੌਕੇ ਤੇ ਮੰਗ ਕੀਤੀ ਗਈ ਕਿ ਬਕਾਇਆ ਛੇਤੀ ਤੋਂ ਛੇਤੀ ਰਿਲੀਜ਼ ਕੀਤੇ ਜਾਣ। 10% ਦਾ ਬਕਾਇਆ, 6% ਦਾ ਬਕਾਇਆ, PF ਦਾ ਬਕਾਇਆ ਅਤੇ PF ਨੂੰ ਖਾਤਿਆਂ ਦੇ ਵਿੱਚ ਜਮ੍ਹਾਂ ਕਰਾਉਣਾ ਅਤੇ ਗਰੈਸਟੀ ਜਿਹੜੀ ਆ ਉਹ ਜਿਹੜੀ ਆ ਉਹਦਾ ਬਕਾਇਆ। ਮੇਨ ਅੱਜ ਧਰਨੇ ਦੇ ਬਹਿਣ ਦਾ ਕਾਰਨ ਆ ਜਿਹੜੇ ਪੈਨਸ਼ਨਰਸ ਦਾ 10% ਦਾ ਬਕਾਇਆ ਆ ਉਹ ਤੁਰੰਤ ਰਿਲੀਜ਼ ਕੀਤਾ ਜਾਏਗਾ। ਜਿੰਨਾ ਚਿਰ ਉਹ ਤੁਰੰਤ ਰਿਲੀਜ਼ ਨਹੀਂ ਕੀਤਾ ਜਾਏਗਾ ਅਸੀਂ ਇਹ ਧਰਨੇ ਤੋਂ ਨਹੀਂ ਉੱਠਾਂਗੇ। ਅਜਨਾਲਾ ਦੇ ਪਿੰਡ ਗੁੱਜਾ ਪੀਰ ਵਿਖੇ ਗਲੀ ਵਿੱਚ ਮੋਟਰਸਾਈਕਲ ਲਗਾਉਣ 'ਤੇ ਮਨਾ ਕਰਨ 'ਤੇ ਮੋਟਰਸਾਈਕਲ ਸਵਾਰ ਨੇ ਆਪਣੇ ਸਾਥੀਆਂ ਨਾਲ ਮਨਾ ਕਰਨ ਵਾਲੇ ਵਿਅਕਤੀ ਦੇ ਘਰ 'ਤੇ ਸਰੇ ਆਮ ਇੱਟਾਂ ਰੋੜੇ ਚਲਾਏ, ਜਿਸ ਦੌਰਾਨ ਘਰ ਦੇ ਸਾਰੇ ਸਮਾਨ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ। ਇਸ ਦੌਰਾਨ ਕਾਰ ਨੂੰ ਵੀ ਬੁਰੀ ਤਰ੍ਹਾਂ ਤੋੜਿਆ ਗਿਆ ਅਤੇ 2 ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਇਲਾਜ ਲਈ ਅਜਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਬਾਰੇ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਨੇ ਆਖਿਆ ਕਿ ਮਾਮਲੇ ਦੀ ਜਾਂਚ ਕਰ ਕਾਰਵਾਈ ਕੀਤੀ ਜਾਵੇਗੀ। ਕੱਲ੍ਹ ਗਵਾਂਢੀ ਆ ਅਤੇ ਉਹਨਾਂ ਮੋਟਰਸਾਈਕਲ ਗਲੀ 'ਚ ਲਾਉਂਦੇ ਅਤੇ ਅਸੀਂ ਕੱਲ੍ਹ ਚੱਲੇ ਹਾਂ ਬਾਜ਼ਾਰ
ਅਤੇ ਬਾਜ਼ਾਰ 'ਚ ਨਹੀਂ ਉਹਨੂੰ ਆਖਿਆ ਮੋਟਰਸਾਈਕਲ ਪਰੇ ਕਰ ਲਓ ਅਤੇ ਅੱਗੋਂ ਗਾਲ ਬੰਦਾ ਡਰਾਈਵੇ ਕਰਨਾ ਅਤੇ ਅਸੀਂ ਮੁੜ ਕੇ ਘਰ ਨੂੰ ਆ ਗਏ ਅਤੇ ਮੁੜ ਕੇ ਘਰ ਆਣ ਕੇ ਗਲ ਪੈ ਗਏ ਅਤੇ 7 ਜਣੇ ਆਪ ਗਲ ਪਏ ਆ ਅਤੇ ਬਾਕੀ 15-20 ਜਣੇ ਅਣਪਛਾਤੇ ਹੀ ਸਾਡੇ ਘਰ ਆਣ ਕੇ ਵਾਰ ਕੀਤੇ ਇਹਨਾਂ ਨੇ ਦਾਤਰਾਂ ਨਾਲ ਕਿਰਪਾਨਾਂ ਨਾਲ ਹਾਕਿਆਂ ਨਾਲ ਘਰ ਬਹੁਤ ਨੁਕਸਾਨ ਕੀਤਾ ਇਹਨਾਂ ਇਹ ਜਗੀਰ ਸਿੰਘ ਵੱਲੋਂ ਦਰਖਾਸਤ ਆਈ ਹੈ ਅਤੇ ਸਤਨਾਮ ਸਿੰਘ ਦੇ ਵਿਰੁੱਧ ਆਈ ਹੈ ਇਹਨਾਂ ਦਾ ਕੋਈ ਮੂਲੀ ਝਗੜਾ ਆਇਆ ਉੱਥੇ ਗਲੀ 'ਚ ਉਹਦੀ ਜਾਂਚ ਚੱਲ ਰਹੀ ਹੈ ਜੋ ਵੀ ਸੱਚਾਈ ਸਾਹਮਣੇ ਸਹੀ ਤੱਥਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸ਼੍ਰੀ ਦੁਰਗਿਆਨਾ ਤੀਰਥ ਦੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਵਿਖੇ 18 ਜੁਲਾਈ ਤੋਂ 16 ਅਗਸਤ ਤੱਕ ਧਰਮਪਾਲ ਜੀ ਵੱਲੋਂ ਸ਼੍ਰੀ ਰਾਮ ਚਰਿਤ ਮਾਨਸ ਦੇ ਪਾਠ ਕੀਤੇ ਜਾ ਰਹੇ ਹਨ ਕਈ ਲੋਕਾਂ ਨੇ ਹਾਜ਼ਰੀ ਭਰ ਕੇ ਪਾਠ ਕੀਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਪਵਿੱਤਰ ਚਰਨ ਚੋਂ ਪ੍ਰਾਪਤ ਜੋੜੇ ਦੇ ਸੰਗਤ ਨੂੰ ਦਰਸ਼ਨ ਕਰਵਾਏ ਗਏ ਭਾਈ ਗੁਰੂ ਇਕਬਾਲ ਸਿੰਘ ਨੇ ਦੱਸਿਆ ਕਿ ਤਕਰੀਬਨ ਦੂਰੋਂ ਨੇੜਿਓਂ ਆਈ 22 ਤੋਂ 25 ਹਜ਼ਾਰ ਸੰਗਤਾਂ ਨੇ ਇਹਨਾਂ ਜੋੜਿਆਂ ਦੇ ਦਰਸ਼ਨ ਕੀਤੇ ਹਨ ਡੀਸੀਪੀ ਪਰਮਿੰਦਰ ਸਿੰਘ ਪੰਡਾ ਡਿਪਟੀ ਕਮਿਸ਼ਨਰ ਤਰਨ ਤਾਰਨ ਬਲਦੀਪ ਕੌਰ ਸਮੇਤ ਕਈ ਲੋਕ ਮੌਜੂਦ ਸਨ ਸਮਾਰਾ ਸੱਚੇ ਪਾਤਸ਼ਾਹ ਜੀ ਦਾ ਜੋੜਾ ਜਿਹੜਾ 22 ਮੰਜੀਆਂ ਚਲਾਈਆਂ ਮਹਾਰਾਜ ਨੇ 84 ਪੀੜ੍ਹੀਆਂ 22 ਮੰਜੀਆਂ ਉਹ 22 ਮੰਜੀਆਂ 'ਚੋਂ ਇੱਕ ਮੰਜੀ ਦਿੱਤੀ ਸੀ ਬਾਬਾ ਸੱਚਨ ਸੱਚ ਜੀ ਨੂੰ ਅਤੇ ਉਹਨਾਂ ਨੂੰ ਆਪਣਾ ਜੋੜਾ ਦਿੱਤਾ ਸੀ ਖੁਸ਼ ਹੋ ਕੇ ਅਤੇ ਉਹ ਜੋੜਾ ਬਾਬਾ ਸੱਚਨ ਸੱਚ ਜੀ ਕੁੱਲ ਚੱਲਦਾ ਆ ਰਿਹਾ ਜਿਹੜਾ ਗੁਰੂ ਅਮਰਦਾਸ ਮਹਾਰਾਜ ਦਾ ਉਹਦੇ 'ਚ ਬਖਸ਼ਿਸ਼ਾਂ ਵੀ ਨੇ ਵੀ ਅਨੇਕਾਂ ਤਰ੍ਹਾਂ ਦੇ ਰੋਗ ਦੂਰ ਹੁੰਦੇ ਨੇ ਅਤੇ ਅੱਜ ਉਹਨਾਂ ਦੀ ਕੁੱਲ 'ਚੋਂ ਭਾਈ ਸ਼ਮਸ਼ੇਰ ਸਿੰਘ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਹੋਰ ਰੂਹਾਂ ਉਹ ਜੋੜਾ ਲੈ ਕੇ ਆਈਆਂ ਮੇਰਾ ਖਿਆਲ ਹੈ ਕੋਈ 20,000 ਬੰਦੇ ਨੇ ਦਰਸ਼ਨ ਕੀਤੇ ਹੋਣਗੇ ਸ਼੍ਰੀ ਹਨੂੰਮਾਨ ਸੇਵਾ ਟਰੱਸਟ ਦੀ ਮੀਟਿੰਗ ਸਕੱਤਰ ਆਦੇਸ਼ ਮਹਿਰਾ ਦੀ ਅਗਵਾਈ ਹੇਠ ਕਰਵਾਈ ਗਈ ਇਸ ਮੌਕੇ ਤੇ ਹੜ੍ਹ ਪ੍ਰਭਾਵਿਤਾਂ ਦੀ ਰੱਖਿਆ ਲਈ ਸ਼੍ਰੀ ਹਨੂੰਮਾਨ ਚਾਲੀਸਾ ਦੇ ਪਾਠ ਕੀਤੇ ਗਏ ਇਸ ਮੌਕੇ ਸੁਰਿੰਦਰ ਅਰੋੜਾ ਅਮਿਤ ਸੇਠ ਰਾਜੇਸ਼ ਮਹਿਰਾ ਮਨੀਸ਼ ਸੇਠ ਰਮੇਸ਼ ਖੰਨਾ ਸਮੇਤ ਕਈ ਲੋਕ ਮੌਜੂਦ ਸਨ ਖਵਾਜਾ ਬਾਬਾ ਗਰੀਬ ਦਾਸ ਜੀ ਦਾ ਸਾਲਾਨਾ ਮੇਲਾ ਭੂਸ਼ਣਪੁਰਾ ਵਿਖੇ ਮੁੱਖ ਸੇਵਾਦਾਰ ਅਤੇ ਵਾਰਡ ਨੰਬਰ 18 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤਿਲਕ ਰਾਜ ਦੀ ਅਗਵਾਈ ਹੇਠ ਮਨਾਇਆ ਗਿਆ ਜੋਤੀ ਸਾਹਿਬ ਜੀ ਧਾਰੀਵਾਲ ਉਚੇਚੇ ਤੌਰ ਤੇ ਮੌਜੂਦ ਸਨ ਚਾਦਰ ਵੀ ਚੜਾਈ ਗਈ ਰਾਜੀਵ ਹੈਪੀ ਤੁੰਨਾ ਅਸ਼ੋਕ ਕੁਮਾਰ ਕਿਰਨ ਦੇਵੀ ਅਤੇ ਕ੍ਰਿਸ਼ਨ ਤੁੰਨਾ ਵੀ ਮੌਜੂਦ ਸਨ ਸ਼੍ਰੀ ਮੱਧ ਭਾਗਵਤ ਕਥਾ ਦਾ ਆਯੋਜਨ 24 ਜੁਲਾਈ ਤੱਕ ਸ਼੍ਰੀ ਰਾਧਾ ਵੱਲਭ ਮੰਦਿਰ ਲੋਹਗੜ੍ਹ ਵਿਖੇ ਕੀਤਾ ਜਾ ਰਿਹਾ ਹੈ ਕਥਾ ਆਚਾਰਿਆ ਸ਼੍ਰੀ ਹਰਗੋਬਿੰਦ ਜੀ ਮਹਾਰਾਜ ਕਥਾ ਕਰ ਰਹੇ ਹਨ ਇਸ ਪ੍ਰਥਵੀ ਪਰ ਕਿਸ ਲਈ ਆਇਆ ਹੂੰ ਮੇਰਾ ਕਿਆ ਕਰਮ ਹੈ ਮੇਰਾ ਕਿਆ ਕਰਤੱਵ ਹੈ ਵਿਚਾਰ ਕੀਜੀਏ ਜਿਸ ਲਈ ਈਸ਼ਵਰ ਨੇ ਹਮਕੋ ਇਸ ਪ੍ਰਥਵੀ ਪਰ ਭੇਜਾ ਹੈ ਕਿਆ ਹਮ ਆਪਣੇ ਸੰਕਲਪ ਸੇ ਵਿਮੁਖ ਤੋ ਨਹੀਂ ਹੋ ਰਹੇ ਕਿਆ ਵਾਸਤਵ ਮੇਂ ਹਮ ਆਪਣੇ ਲਕਸ਼ ਕੀ ਓਰ ਜਾ ਰਹੇ ਹੈ ਯਾ ਗਰਤ ਕੀ ਓਰ ਜਾ ਰਹੇ ਹੈ ਬਾਬਾ ਨੂਪੇ ਸ਼ਾਹ ਚਿਸ਼ਤੀ ਜੀ ਦਾ ਸਾਲਾਨਾ ਮੇਲਾ ਗੋਲਡਨ ਐਵੀਨਿਊ ਵਿਖੇ ਮਨਾਇਆ ਗਿਆ ਅਤੇ ਬਾਬਾ ਜੀ ਦੀ ਚਾਦਰ ਚੜਾਈ ਗਈ ਅਤੇ ਲੰਗਰ ਲਗਾਇਆ ਗਿਆ ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ ਸੇਵਾਦਾਰ ਰੋਮੀ ਦੀਪਕ ਗੋਰਖੀ ਨੇ ਲੰਗਰ ਸੇਵਾ ਨਿਭਾਈ ਇਹ ਰਾਮ ਤਲਾਈ ਚੌਂਕ ਨੁੱਪੇ ਸ਼ਾਹ ਜੀ ਦਰਬਾਰ 'ਚ ਬੜੇ ਸੌਣ ਦਾ ਭੰਡਾਰਾ ਹੋ ਰਿਹਾ ਬੜੀ ਧੂਮਧਾਮ ਨਾਲ ਸੰਗਤ ਦੇ ਸੰਯੋਗ ਨਾਲ ਹੋ ਰਿਹਾ ਵੱਧ ਚੜ ਕੇ ਹੋ ਰਿਹਾ ਸੌਣ ਦਾ ਭੰਡਾਰਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ ਰਾਵੀ ਦਰਿਆ ਵਿਖੇ ਪਾਣੀ ਦੀ ਸਥਿਤੀ ਕੰਟਰੋਲ ਹੇਠ ਡਰਨ ਦੀ ਨਹੀਂ ਚੌਕਸ ਰਹਿਣ ਦੀ ਲੋੜ ਆਖਿਆ NRI ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੁਲਚੇ ਦੀ ਦੁਕਾਨ ਚਲਾਉਣ ਵਾਲੇ ਨੂੰ ਸੁਪਾਰੀ ਦੇ ਕੇ ਮਾਰਨ ਵਾਲੇ 2 ਦੋਸ਼ੀ ਪੁਲਿਸ ਨੇ ਕੀਤੇ ਕਾਬੂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਸਾਰੀਆਂ ਸਿਹਤ ਸਹੂਲਤਾਂ ਆਖਿਆ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਨੇ
ਇਹ ਸਨ ਅੱਜ ਦੀਆਂ ਖਬਰਾਂ। ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।